ਬਹੁਤ ਖੁਸ਼ੀ ਹੋਈ ਸੀ ਪੂਰੀ ਸੀ ਡੈਡੀ ਉਹਦੇ ਵਿਆਹ ਵਰਗਾ ਕਰ ਬਣ ਗਿਆ ਸੀ ਜਿਵੇਂ ਹੁਣ ਨੀਚੇ ਬਣਿਆ ਪਿਆ ਉਦੋਂ ਵੀ ਐਂ ਸੀ ਪੱਤਰਕਾਰ ਵੀ ਸੀ ਸਾਰੇ ਪਿੰਡ ਦੇ ਵੀ ਸੀ ਇਹ ਬਹੁਤ ਖੁਸ਼ੀ ਹੋਈ ਸੀ ਜਦੋਂ ਉਥੋਂ ਦਿੱਲੀ ਤੋਂ ਚੱਲੇ ਨਹੀਂ ਉਥੋਂ ਹੀ ਸ਼ੁਰੂ ਹੋ ਗਿਆ ਸੀ ਜਾਂਦੇ ਲੋ ਫੋਲਵਰ ਸੌਣੇ ਕਿਸੇ ਨੇ ਕੁਛ ਕਿਸੇ ਨੇ ਕੁਛ ਵੀ ਸਰੋਪੇ ਦੇਣੇ ਪਿੰਡ ਚ ਆਏ ਤਾਂ ਪਿੰਡ ਦੇ ਲੋਕਾਂ ਨੇ ਬਹੁਤ ਇੱਜ਼ਤ ਮਾਨ ਕੀਤਾ ਪਿਆਰ ਦਿੱਤਾ ਸਤਿ ਸ਼੍ਰੀ ਅਕਾਲ ਰੰਗਲਾ ਟੀਵੀ ਦੇ ਨਾਲ ਜੁੜਿਓ ਤੁਸੀਂ ਤੇ ਮੈਂ ਵੀਰਪਾਲ ਸ਼ੇਰਗਿੱਲ ਅੱਜ ਪਿੰਡ ਉਗਰਾਹਾ ਦੇ ਵਿੱਚ ਖੜੇ ਆਂ ਉਗਰਾਹਾ ਤੋਂ ਤੁਹਾਨੂੰ ਦਿਲ ਦੇ ਵਿੱਚ ਦਿਮਾਗ ਦੇ ਵਿੱਚ ਇੱਕ ਗੱਲ ਜ਼ਰੂਰ ਆਈ ਹੋਣੀ ਹੈ ਕਿ ਭਾਰਤੀ ਕਿਸਾਨ ਯੂਨੀਅਨ ਇਕਤਾ ਉਗਰਾਹਾ ਜੀ ਹਾਂ ਇਸ ਪਿੰਡ ਦੀ ਬਹੁਤ ਵੱਡੀ ਜਿਹੜੀ ਇਕਾਈ ਹੈਗੀ ਇਸ ਪਿੰਡ ਦੀ ਬਹੁਤ ਵੱਡੀ ਜਿਹੜੀ ਇੱਕ ਯੂਨੀਅਨ ਹੈਗੀ ਕਿਸਾਨ ਯੂਨੀਅਨ ਇਕਤਾ ਉਗਰਾਹਾ ਉਹਨਾਂ ਦੇ ਜਿਹੜੇ ਪ੍ਰਧਾਨ ਨੇ ਜੋਗਿੰਦਰ ਸਿੰਘ ਉਗਰਾਹਾ ਉਹਨਾਂ ਦੇ ਘਰ ਦੇ ਬਾਹਰ ਖੜੇ ਆ ਤੇ ਇੱਕ ਗੱਲ ਬਹੁਤ ਕਹੀ ਜਾਂਦੀ ਸੀ ਕਿ ਕਿਸਾਨ ਅ ਵਿਕ ਗਏ ਨੇਗੇ ਉਹਨਾਂ ਨੇ ਅੰਦੋਲਨ ਵੇਚਤਾ ਤੇ ਬਹੁਤ ਜਿਹੜਾ ਉਹਨਾਂ ਤੇ આરોਪ ਲੱਗੇ ਸੀ ਉਹਨਾਂ ਨੇ ਆਪਣੇ ਘਰ ਬਣਾ ਲਏ ਮਹਿਲ ਬਣਾ ਲਏ ਉਹਨਾਂ ਦੇ ਘਰ ਦੀਆਂ ਤਸਵੀਰਾਂ ਸਭ ਤੋਂ ਪਹਿਲਾਂ ਦਿਖਾਵਾਂਗੇ ਪਰਿਵਾਰ ਦੇ ਨਾਲ ਤੇ ਜੋਗਿੰਦਰ ਸਿੰਘ ਉਹ ਗ੍ਰਾਹਾਂ ਦੇ ਨਾਲ ਵੀ ਗੱਲਬਾਤ ਜ਼ਰੂਰ ਕਰਾਂਗੇ ਤੇ ਮੈਂ ਘਰ ਦੀਆਂ ਤਸਵੀਰਾਂ ਤੁਹਾਨੂੰ ਇੱਕ ਵਾਰ ਜ਼ਰੂਰ ਦਿਖਾਉਣਾ ਚਾਹਾਂਗੀ ਤੇ ਆ ਇੱਕ ਜਿਹੜਾ ਛੋਟਾ ਜਿਹਾ ਗੇਟ ਉਹਨਾਂ ਦੇ ਘਰ ਨੂੰ ਜਾਂਦਾ ਹੈਗਾ ਬਹੁਤ ਛੋਟਾ ਜਿਹਾ ਗੇਟ ਹੈ ਮੈਨੂੰ ਨਹੀਂ ਲੱਗਦਾ ਕਿ ਇਹਦੇ ਵਿੱਚੋਂ ਦੀ ਗੱਡੀ ਵੀ ਨਿਕਲ ਜਾਂਦੀ ਹੋਣੀ ਗੱਡੀ ਵੀ ਨੀ ਲੰਘਦੀ ਹੋਣੀ ਸਿਰਫ ਇੱਕ ਮੋਟਰਸਾਈਕਲ ਨੰਗੜ ਨੂੰ ਜਿਹੜੀ ਜਗ੍ਹਾ ਹੈਗੀ ਉਹਨ ਦਾ ਗੇਟ ਸੀਗਾ 메인 게ਟ ਸੀਗਾ ਤੇ ਇਸੇ ਦੇ ਨਾਲ ਹੀ ਤੁਸੀਂ ਘਰ ਦੀਆਂ ਤਸਵੀਰਾਂ ਦੇਖ ਸਕਦੇ ਹੋਗੇ ਕਿ ਤੇ ਇਹ ਉਹੀ ਬੈਠਕ ਹੈ ਜਿੱਥੇ ਜੋਗਿੰਦਰ ਸਿੰਘ ਉਹ ਗ੍ਰਾਹਕ ਖੁਦ ਰਹਿੰਦੇ ਨੇਗੇ ਤੇ ਮੈਂ ਕਹਿੰਦਾ ਇਸਾਈਡ ਘਰ ਹੈ ਤੇ ਘਰ ਤੋਂ ਬਾਹਰ ਜਮਾ 메인 게ਟ ਦੇ ਨਾਲ ਹੀ ਉਹਨਾਂ ਦੀ ਇਹ ਬੈਠਕ ਬਣੀ ਹੋਈ ਹੈ ਤੇ ਬੈਠਕ ਦੀ ਸਭ ਤੋਂ ਵੱਡੀ ਗੱਲ ਜਿਹੜੀ ਮੈਂ ਤਸਵੀਰਾਂ ਕੈਮਰਾਮੈਨ ਨੂੰ ਕਹਾਂਗੀ ਕਿ ਜ਼ਰੂਰ ਦਿਖਾਉਣ ਕਿ ਆਮ ਜਿਹੜਾ ਘਰ ਹੈ ਉਹ ਥੋੜਾ ਉੱਚਾ ਹੈਗਾ ਉਹ ਗਲੀ ਦੇ ਮੇਚ ਦਾ ਹੈ ਤੇ ਜਿਹੜੀ ਇਹ ਬੈਠਕ ਹੈਗੀ ਤਕਰੀਬਨ ਤੁਸੀਂ ਦੇਖ ਸਕਦੇ ਹੋ ਕਿ ਮੈਂ ਹੁਣ ਬੈਠਕ ਦੇ ਵਿੱਚ ਖੜੀ ਆਂਗੀ ਘਰ ਦੇ ਨਾਲੋ 2-3 ਫੁੱਟ ਨੀਮੀ ਬੈਠਕ ਹੈਗੀ ਤੇ ਉੱਪਰ ਕੜੀ ਬਾਲੇ ਨੇ ਜਿਹੜੇ ਉਹ ਪਾਏ ਹੋਏ ਨੇਗੇ ਕੋਈ ਲੈਂਟਰ ਨਹੀਂ ਹੈ ਜਾਂ ਕੋਈ ਹੋਰ ਵੱਡੀਆਂ ਪੀਬੀਸੀਆਂ ਕਰਾ ਲੈਂਦੇ ਨੇ ਬਹੁਤ ਮਹਿੰਗੇ ਮਹਿੰਗੇ ਜਿਹੜੇ ਉਹ ਸਾਡੇ ਕਮਰਿਆਂ ਦੇ ਵਿੱਚ ਅਸੀਂ ਲੋਕ ਕਰਾ ਲੈਂਦੇ ਆਂਗੇ ਇਹ ਬਹੁਤ ਪੁਰਾਣੀ ਮੈਨੂੰ ਬੈਠਕ ਜਾਪਦੀ ਹੈਗੀ ਜਿਵੇਂ ਤੁਸੀਂ ਦੇਖ ਸਕਦੇ ਹੋ ਕਿ ਉੱਪਰ ਕੜੀ ਬਾਲਾ ਪਾਇਆ ਹੋਇਆ ਹੈਗਾ ਤੇ ਇਹ ਅਲਮਾਰੀ ਹੈ ਤੇ ਇੱਕ ਬੈੱਡ ਇੱਥੇ ਰੱਖਿਆ ਹੋਇਆ ਤੇ ਇੱਕ ਕਲਮਾਰੀ ਜ਼ਰੂਰ ਪਈ ਐ ਇਸ ਕਮਰੇ ਦੇ ਵਿੱਚ ਤੇ ਪੁਰਾਣਾ ਮੈਨੂੰ ਬਹੁਤ ਲੱਗ ਰਿਹਾ ਤੇ ਬਹੁਤ ਨੀਮਾਏ ਕਮਰੇਗਾ ਤੁਸੀਂ ਦੇਖ ਸਕਦੇ ਹੋ ਕਮਰੇ ਦੀ ਹਾਲਤ ਬਹੁਤ ਪੁਰਾਣੀ ਹੈਗੀ ਤੇ ਇਸੇ ਬੈਠਕ ਦੇ ਵਿੱਚ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਜੀ ਖੁਦ ਰਹਿੰਦੇ ਨੇ ਇਹ ਉਹਨਾਂ ਦੀ ਬੈਠਕ ਹੈ ਤੇ ਇਸੇ ਦੇ ਨਾਲ ਹੀ ਪੂਰੇ ਘਰ ਦੀਆਂ ਤਸਵੀਰਾਂ ਤੁਹਾਨੂੰ ਜ਼ਰੂਰ ਦਿਖਾਵਾਂਗੇ ਕਿਉਂਕਿ ਬਣਦਾ ਬਹੁਤ ਵੱਡਾ ਨਾਮ ਬਣਿਆ ਇਸ ਅੰਦੋਲਨ ਦੇ ਵਿੱਚ ਜੋਗਿੰਦਰ ਸਿੰਘ ਉਗਰਾਹਾਂ ਦਾ ਲੋਕ ਚਾਹੁੰਦੇ ਨੇ ਦੇਖਣਾ ਕਿ ਜਿਹੜੇ ਸਾਡੇ ਕਿਸਾਨ ਆ ਗੁਨੇ ਉਹ ਕਿਸ ਤਰ੍ਹਾਂ ਕਿਸ ਹਾਲਾਤਾਂ ਦੇ ਵਿੱਚ ਜਿਹੜਾ ਉਹ ਰਹਿ ਰਹੇ ਨੇ ਜੋਗਿੰਦਰ ਸਿੰਘ ਉਗਰਾਹਾਂ ਦਾ ਘਰ ਦੇ ਅੰਦਰ ਵੀ ਤੁਹਾਨੂੰ ਲੈ ਕੇ ਜਾਵਾਂਗੇ ਤੇ ਘਰ ਦੇ ਅੰਦਰ ਦੀਆਂ ਜਿਹੜੀਆਂ ਸਾਰੀਆਂ ਤਸਵੀਰਾਂ ਨੇ ਉਹ ਜ਼ਰੂਰ ਦਿਖਾਵਾਂਗੇ ਇੱਕ ਵਾਰ ਕਿਉਂਕਿ ਇਹ ਦਿਖਾਉਣੀਆਂ ਬਣਦੀਆਂ ਨੇਗੀਆਂ ਤੇ ਲੋਕਾਂ ਨੂੰ ਵੀ ਪਤਾ ਲੱਗੇ ਕਿ ਸਾਡੇ ਕਿਸਾਨ ਆ ਗੁਨੇ ਜਿਹੜੇ ਇਸ ਤਰ੍ਹਾਂ ਆਪਣੀ ਜ਼ਿੰਦਗੀ ਹੈ ਜਿਹੜੀ ਉਹ ਵਤੀਤ ਕਰ ਰਹੇ ਨੇਗੇ ਇਹ ਪੂਰੇ ਘਰ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਿਆ ਤੇ ਇੱਧਰ ਉਹਨਾਂ ਦੇ ਬੇਟੀ ਨੇਗੇ ਜਿਹੜੇ ਉਹ ਰਸੋਈ ਦੇ ਵਿੱਚ ਕੰਮ ਕਰ ਰਹੇ ਨੇਗੇ ਬਹੁਤ ਜਿਹੜਾ ਸਧਾਰਨ ਜਾਂ ਪਰਿਵਾਰ ਹੈ ਜੋਗਿੰਦਰ ਸਿੰਘ ਉਹ ਗਰਾਹਾਂ ਜੀ ਦਾ ਤੇ ਇਹਨਾਂ ਦੀ ਬੇਟੀ ਨਾਲ ਗੱਲਬਾਤ ਜ਼ਰੂਰ ਕਰਾਂਗੇ ਕਿਉਂਕਿ ਕਈ ਵਾਰ ਹੁੰਦਾਗਾ ਕਿ ਮਾਪਿਓ ਨੂੰ ਆਪਣੇ ਬੱਚਿਆਂ ਤੇ ਮਾਣ ਹੁੰਦਾਗਾ ਇਹਨਾਂ ਨੂੰ ਆਪਣੇ ਪਿਤਾ ਤੇ ਕਿੰਨਾ ਕ ਮਾਣ ਹੈ ਇਹਨਾਂ ਦੇ ਨਾਲ ਗੱਲਬਾਤ ਕਰਾਂਗੇ ਸਸਚੀ ਕਾਲ ਜੀ ਕੀ ਹਾਲ ਚਾਲ ਹੈ ਵਧੀਆ ਜੀ ਕਿੰਨਾ ਕਮਾਨ ਮਹਿਸੂਸ ਹੋ ਰਿਹਾ ਆਪਣੇ ਪਿਤਾ ਤੇ ਬਹੁਤ ਜੀ ਬਹੁਤ ਮਾਨ ਮਹਿਸੂਸ ਹੋ ਰਿਹਾ ਜਦੋਂ ਜਿੱਤ ਦੇ ਜਿਹੜਾ ਜਿੱਤ ਦੇ ਅਨਾਉਂਸਮੈਂਟ ਹੋਈ ਸੀਗੀ ਕਿ ਕੇਂਦਰ ਸਰਕਾਰ ਦੇ ਵੱਲੋਂ ਜਿਹੜੇ ਬੈਲ ਨੇਗੇ ਉਹ ਰੱਦ ਕਰ ਦਿੱਤੇ ਗਏ ਨੇ ਕਿੰਨੀ ਕ ਖੁਸ਼ੀ ਹੋਈ ਬਹੁਤ ਖੁਸ਼ੀ ਹੋਈ ਸੀ ਪੂਰੀ ਸੀ ਡੈਡੀ ਉਹਦੇ ਬਿਆਵਰਗਾਕਰ ਬਣ ਗਿਆ ਸੀ ਜਿਵੇਂ ਹੁਣ ਨੀਚੇ ਬਣਿਆ ਪਿਆ ਉਹਦੇ ਵੀ ਐ ਸੀ ਪੱਤਰਕਾਰ ਵੀ ਸੀ ਸਾਰੇ ਪਿੰਡ ਦੇ ਵੀ ਸੀਗੇ ਬਹੁਤ ਖੁਸ਼ੀ ਹੋਈ ਸੀ ਤੈਮੜ ਮੈਂ ਇੱਕ ਵਾਰ ਇਹ ਗੱਲ ਜ਼ਰੂਰ ਦੱਸੋ ਕਿ ਪਰਿਵਾਰ ਦੇ ਵਿੱਚ ਕੌਣ-ਕੌਣ ਹੈ ਤੇ ਜਿਹੜੀ ਜ਼ਿੰਦਗੀ ਹੈਗੀ ਉਹ ਕਿਵੇਂ ਲੰਘ ਰਹੀ ਹੈ ਕਿਉਂਕਿ ਲੋਕ ਇਹ ਜਾਣਨ ਦੇ ਵਿੱਚ ਬਹੁਤ ਦਿਲਚਸਪੀ ਰੱਖਦੇ ਨੇ ਨਾਰਮਲ ਹੈ ਲਾਈਫ ਜਿਵੇਂ ਆਮ ਲੋਕ ਜਿਉਂਦੇ ਨੇ ਉਵੇਂ ਹੀ ਸਾਡੀ ਹੈ ਕਾਰੋਬਾਰ ਹੈ ਜਿਵੇਂ ਆਮ ਸਮਾਜ ਰਹਿੰਦੇ ਨੇ ਸਾਰੇ ਉਵੇਂ ਹੀ ਅਸੀਂ ਰਹਨੇ ਆ ਕੋਈ ਡਿਫਰੈਂਟ ਨਹੀਂ ਹੈਗਾ ਤੇ ਦੋ ਬੇਟੀਆਂ ਸੀ ਭੈਣਾਂ ਸੀ ਤੇ ਦੋਨੇ ਨੇ ਬੱਚੇ ਨੇ ਦੋ ਮੇਰੇ ਇੱਕ ਭੈਣ ਦੇ ਆ ਕੋਈ ਬੜੀ ਵੱਡੀ ਫੈਮਿਲੀ ਨਹੀਂ ਹੈਗੀ ਮੈਂ ਦੱਸ ਦਾਂ ਕਿ ਪ੍ਰਧਾਨ ਜੋਗਿੰਦਰ ਸਿੰਘ ਉਹ ਗ੍ਰਾਹਨ ਦੇ ਸਿਰਫ ਦੋ ਬੇਟੀਆਂ ਨੇ ਹੈਗੀਆਂ ਬੇਟਾ ਨਹੀਂ ਆਏਗਾ ਤੇ ਉਹਨਾਂ ਦੀ ਇੱਕ ਬੇਟੀ ਉਹਨਾਂ ਦੇ ਨਾਲ ਰਹਿੰਦੀ ਹੈ ਤੇ ਇੱਕ ਹੋਰ ਜਗ੍ਹਾ ਵਿਆਹ ਹੋਈ ਨੇ ਹਾਂਜੀ ਉਹ ਪਟਿਆਲੇ ਕਣੀ ਨੇ ਤੇ ਇਹ ਪਰਿਵਾਰ ਹੈ ਬਹੁਤ ਸਧਾਰਨ ਜੀ ਜਿਹੜੀ ਇਹਨਾਂ ਦੀ ਫੈਮਿਲੀ ਹੈਗੀ ਤੇ ਬਹੁਤ ਸਧਾਰਨ ਜ਼ਿੰਦਗੀ ਜਿਉਂਦੇ ਨੇਗੇ ਆਮ ਲੋਕਾਂ ਦੇ ਨਾਲ ਬਹੁਤ ਵਧੀਆ ਇਹਨਾਂ ਦਾ ਮਿਲਵਰਤਨ ਹੈਗਾ ਤੇ ਫਿਰ ਜਦੋਂ ਹੁਣ ਪਿਤਾ ਜੀ ਜਿੱਤ ਕੇ ਵਾਪਸ ਆਏ ਸਾਰੇ ਜਿਹੜਾ ਅੰਦੋਲਨ ਸੀਗਾ ਉਥੋਂ ਵਾਪਸ ਆਇਆ ਤਾਂ ਜਦੋਂ ਪਿੰਡ ਪਹੁੰਚੇ ਘਰੇ ਪਹੁੰਚੇ ਤਾਂ ਉਦੋਂ ਕਿੰਨੀ ਕ ਖੁਸ਼ੀ ਬਹੁਤ ਖੁਸ਼ੀ ਹੋਈ ਜੀ ਸਾਰੇ ਲੋਕਾਂ ਨੇ ਬਹੁਤ ਮਾਨਸਤਕਾਰ ਕੀਤਾ ਆਏ ਸੀ ਜਦੋਂ ਉਧਰੋਂ ਜਦੋਂ ਉਥੋਂ ਦਿੱਲੀ ਤੋਂ ਚੱਲੇ ਨਹੀਂ ਉਥੋਂ ਹੀ ਸ਼ੁਰੂ ਹੋ ਗਿਆ ਸੀ ਸਮਝ ਲਓ ਫੁੱਲ ਵਰਸਾਉਣੇ ਕਿਸੇ ਨੇ ਕੁਛ ਕਿਸੇ ਨੇ ਕੁਝ ਵੀ ਸਰੋਪੇ ਦੇਣੇ ਪਿੰਡ ਚ ਆਏ ਤਾਂ ਪਿੰਡ ਦੇ ਲੋਕਾਂ ਨੇ ਬਹੁਤ ਇੱਜ਼ਤ ਮਾਨ ਕੀਤਾ ਪਿਆਰ ਦਿੱਤਾ ਇਸੇ ਤਰ੍ਹਾਂ ਘਰੇ ਆਏ ਸਾਰੇ ਲੋਕ ਘਰੇ ਵੀ ਬਹੁਤ ਹੁਣ ਵੀ ਤੁਸੀਂ ਦੇਖ ਰਹੇ ਹੋ ਪੂਰਾ ਚਾ ਚੜਿਆ ਪਿੰਡ ਚ ਸਾਰੇ ਪਿੰਡ ਚ ਵਿਆਹ ਵਰਗਮਹੌਲੇ ਪਦਾਨ ਸਾਹਬ ਤੇ ਅਰੂਪ ਬਹੁਤ ਲੱਗੇ ਸੀਗੇ ਕਿ ਇਹ ਤਾਂ ਵਿੱਕ ਗਏ ਇਹਨਾਂ ਨੇ ਪੈਸੇ ਲੈ ਲਏ ਇਹਨਾਂ ਨੇ ਇਹ ਕਰ ਲਿਆ ਤੇ ਉਸ ਬਾਰੇ ਕੀ ਕਹਿਣਾ ਉਹ ਲੋਕ ਤਾਂ ਕਰਦੇ ਨੇਗੇ ਵੀ ਜਿਨ੍ਹਾਂ ਨੇ ਆਪ ਤਾਂ ਕੁਝ ਕਰਨਾ ਨਹੀਂ ਹੁੰਦਾ ਜਦੋਂ ਦੂਜਾ ਕੁਝ ਕਰਨਾ ਲੱਗਦਾ ਉਹਨੂੰ ਬਦਨਾਮ ਕਰਨ ਵਾਸਤੇ ਵੀ ਇਹ ਵਿੱਕ ਗਏ ਵਿੱਕ ਗਏ ਇਹ ਬਾਧੂ ਦੀਆਂ ਗੱਲਾਂ ਨੇ ਸੱਚਾਈ ਤਾਂ ਹੁਣ ਲੋਕਾਂ ਦੇ ਸਾਹਮਣੇ ਆਈ ਗਈ ਜੀ ਜਗਿੰਦਰ ਸਿੰਘ ਉਗਰਾਹਨ ਦੀ ਬੇਟੀ ਦੇ ਨਾਲ ਗੱਲਬਾਤ ਕੀਤੀ ਹੈ ਤੇ ਪੂਰੇ ਘਰ ਦੇ ਤੁਹਾਨੂੰ ਤਸਵੀਰਾਂ ਦਿਖਾਈਆਂ ਨੇ ਤੇ ਮੈਂ ਬਾਹਰ ਕੈਮਰਾਮੈਨ ਨੂੰ ਜ਼ਰੂਰ ਕਹਾਂਗੀ ਕਿ ਇੱਕ ਵਾਰ ਵੇੜੇ ਦੇ ਵਿੱਚ ਜਿਹੜਾ ਕੈਮਰਾ ਉਹ ਜ਼ਰੂਰ